ਹੱਡਾ ਰੋੜੀ ਦੇ ਵਿੱਚ ਝੁੱਗੀ ਬਣਾਈ ਸੀਗੀ ਉਹਦੀ ਰਜਾਈ ਨਾ ਨਵੀਂ ਰੱਖੀ ਹੋਈ ਮੈਂ ਕਹਿੰਦਾ ਨਹੀਂ ਗੱਲ ਨਹੀਂ ਬਣਦੀ ਲੈਟਾਂ ਵਾਲਾ ਟਰੱਕ ਸੀ ਸ਼ਾਇਦ ਪਤਾ ਨਹੀਂ ਟਰੱਕ ਦੇ ਵਿੱਚੋਂ ਜਿਹੜੀ ਡਰਾਈਵਰ ਕੋਲੇ ਹੁੰਦੀ ਹੋਰ ਰਜਾਈ ਮਗਾਰੇ ਕਈ ਦਿਨ ਨਾਤਾ ਨਹੀਂ ਸੀ ਮੈਂ ਡੀਓ ਡੂ ਮਿਲੀ ਸੜਕ 'ਤੇ ਉਹਨਾਂ ਦੇ ਕਿੰਨੇ ਦਿਨ ਨਹੀਂ ਨਾਤਾ 15 ਦਿਨ ਜੇ ਚੱਲਿਆ ਬਸ ਇੱਕ ਤੁਸੀਂ ਇਹ ਨਹੀਂ ਪਾਉਣਾ ਇਹਦੀ ਥੰਮ ਲਾਈਨ ਲਾ ਦਿਓ ਦੇਖੋ ਇੰਨੇ ਦਿਨ ਨਹੀਂ ਨਾਤਾ ਉਹ ਵੀ ਟੇਜ਼ ਰਿਹਾ ਉਹਨੇ ਕਿਹੜਾ ਥਾਮਸ ਨਾ ਕਰੋ ਪਲੀਜ਼ ਬੀ ਠੀਕ ਜਿਹਾ ਲਾਇਓ ਮੈਂ ਕਮੈਂਟ ਉਹਦੇ ਤੇ ਕੀਤਾ ਮੈਂ ਮੁੰਡੇ ਨੇ ਸਕਰੀਨਸ਼ਾਟ ਮਾਰ ਕੇ ਭੇਜ ਦੇਖੋ ਉਹ ਕਿਹੜੀ ਫਿਲਮ ਆ ਜਿਹਦਾ ਟੀਜ਼ਰ ਦੇਖ ਕੇ ਸਾਊਥ ਕੰਬ ਗਿਆ ਤੇ ਥੱਲੇ ਇੱਕ ਨੇ ਲਿਖਿਆ ਹੋਇਆ ਕਹਿੰਦਾ ਮੈਂ ਤਾਂ ਕੰਬਿਆ ਨਹੀਂ ਵੀ ਇੱਕ ਨੇ ਕਮੈਂਟ ਕੀਤਾ ਹੋਇਆ ਜੀ ਕਹਿੰਦਾ ਵੀ ਤੁਸੀਂ ਕਮੇਡੀਅਨ ਨੂੰ ਤੁਸੀਂ ਹੀਰੋ ਬਣਾਈ ਬੈਠੇ ਆ ਸਵਾਹ ਕੰਬਣਾ ਤੇ ਇਸ ਫਿਲਮ ਦੇ ਕਿਰਦਾਰ ਲਈ 4-5 ਘੰਟੇ ਲੱਗ ਜਾਂਦੇ ਸੀ ਕਿ ਮੇਕਅਪ ਤੇ ਲਈ ਜਦੋਂ ਆ ਫਿਲਮ ਆਈ ਸੀ ਤੇ ਮੈਂ ਤਾਂ ਬਚਨ ਜੀ ਦਾ ਲਗਾ ਦੇ ਬਿਲਕੁਲ ਬਿਲਕੁਲ ਵੀ ਮੇਰਾ ਇਨਾ ਟਾਈਮ ਲੱਗਦਾ ਸੀ ਪੰਜਾਬ ਘੈਂਟ ਬੰਦੀ ਪੈਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਮੈਂ ਨੀਲਮ ਕੁਲਰੀ ਤੁਹਾਨੂੰ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦੀ ਹਾਂ ਮੈਂ ਅੱਜ ਬਹੁਤ ਹੀ ਜ਼ਿਆਦਾ ਖੁਸ਼ ਹਾਂ ਕਿਉਂਕਿ ਜਿਨ੍ਹਾਂ ਦੀ ਅਦਾਕਾਰੀ ਨੂੰ ਤੁਸੀਂ ਸਾਰੇ ਪਸੰਦ ਕਰਦੇ ਹੋ ਮੈਂ ਵੀ ਖੁਦ ਉਹਨਾਂ ਦੀ ਫੈਨ ਹੈਗੀ ਹਾਂ ਤੇ ਅੱਜ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਪਹਿਲਾਂ ਸਵਾਗਤ ਕਰਦੇ ਆ ਪ੍ਰਿੰਸ ਕਵਲਜੀਤ ਸਿੰਘ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਪ੍ਰਾਈਮ ਏਸ਼ੀਆ ਟੀਵੀ ਦੀ ਕੀ ਹਾਲ ਚਾਲ ਤੁਹਾਡਾ ਬਹੁਤ ਵਧੀਆ ਜਿੱਦਾਂ ਇੰਟਰਵਿਊ ਸਟਾਰਟ ਹੋਣ ਵਾਲੀ ਸੀ ਤੁਸੀਂ ਬਹੁਤ ਹੀ ਸੋਹਣੀ ਗੱਲ ਕੀਤੀ ਮੈਂ ਕਿਹਾ ਤੁਸੀਂ ਥੱਕ ਤਾਂ ਨਹੀਂ ਗਏ ਇੰਟਰਵਿਊਜ਼ ਲਗਾਤਾਰ ਹੋ ਰਹੀਆਂ ਕਿਉਂਕਿ ਅੱਜ ਦੇ ਇਹ ਲਾਸਟ ਇੰਟਰਵਿਊ ਹੈ ਜਿਹੜੀ ਆਪਾਂ ਕਰ ਰਹੇ ਹਾਂ ਤੁਸੀਂ ਉਹਦੇ ਚ ਬੋਲੇ ਕਿ ਮੈਂ ਨਹੀਂ ਥੱਕਦਾ ਜਿੱਦੇ ਚਿਹਰਾ ਤੋਂ ਉਡੀਕ ਸੀਗੀ ਉਹ ਚੀਜ਼ ਹੁਣ ਹੋ ਰਹੀ ਆ ਕਿ ਕਿਉਂ ਥੱਕਣਾ ਬਿਲਕੁਲ ਥਕਣਾ ਕਾਦੇ ਪਰ ਤੁਸੀਂ ਮੇਕਅਪ ਜਿੱਦਾਂ ਕਰਾਉਂਦੇ ਸੀ ਉਹਦੋਂ ਨਹੀਂ ਫੇਰ ਥੱਕਦੇ ਫੇਰ ਮੇਰਾ ਉਹੀ ਸਵਾਲ ਅੱਛਾ ਉਥੇ ਉਹੀ ਫੇਰ ਜਵਾਬ ਹੈ ਮੇਰਾ ਜਿਹੜਾ ਮੇਕਅਪ ਵੀ ਮੈਂ ਸੋਚਦਾ ਹੁੰਦਾ ਸੀ ਵੀ ਜਦੋਂ ਪਾ ਫਿਲਮ ਆਈ ਸੀ ਤੇ ਅਮદાવાદ ਬਚਨ ਜੀ ਗੱਲ ਕਰਦੇ ਹੁੰਦੇ ਸੀ ਬਿਲਕੁਲ ਬਿਲਕੁਲ ਵੀ ਮੇਰਾ ਇੰਨਾ ਟਾਈਮ ਲੱਗਦਾ ਸੀ ਜਦੋਂ ਚਾਚੀ 420 ਆਈ ਜਾਂ ਹਿੰਦੋਸਤਾਨੀ ਆਈ ਤੱਕ ਅਮਲ ਹਸਨ ਜੀ ਗੱਲ ਕਰਦੇ ਹੁੰਦੇ ਸੀ ਹੂੰ ਹੂੰ ਤੇ ਉਦੋਂ ਫਿਰ ਮਨ ਚ ਹੁੰਦਾ ਸੀ ਵੀ ਯਾਰ ਕਦੇ ਦੇਣ ਆਏ ਉਹ ਇਹ ਸਭ ਮਿੰਟਾਂ ਜੀ ਹੋ ਜਾਂਦਾ ਆਪਣਾ ਦਾ ਫਿਰ ਵੀ ਟਾਈਮ ਲੱਗੂ ਚੱਲਦੇ 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 ਤੇ ਉਦੋਂ ਮਨ ਚ ਸੀ ਵੀ ਯਾਰ ਹਾਂ ਹੈਨਾ ਫਿਰ ਉਹ ਦਿਨ ਆ ਗਿਆ ਵੀ 4-5 ਘੰਟੇ ਲੱਗਦੇ ਆ ਤੇ ਉਹ ਤਾਂ ਮਜ਼ੇ ਹੀ ਆਉਂਦਾ ਤੇ ਇਸ ਫਿਲਮ ਦੇ ਕਿਰਦਾਰ ਲਈ 4-5 ਘੰਟੇ ਲੱਗ ਜਾਂਦੇ ਸੀ ਕਿ ਮੇਕਅਪ ਤੇ ਲਈ ਹਾਂ ਸਕੂਟ ਸੋ ਸਾਰਾ ਕੁਝ ਕਾਫੀ ਸੀ ਹਰ ਪੇਜ ਸੀਗਾ ਮੁੰਡਾ ਹੂੰ ਹੂੰ ਉਹਨੇ ਉਹ ਗਿਪੀ ਬਾਈ ਜੀ ਦਾ ਕਰਦਾ ਹੁੰਦਾ ਤੇ ਉਹ ਫਿਰ ਥੋੜਾ ਜਿਹਾ ਹੁੰਦਾ ਬਾਈ ਨੂੰ ਵੀ ਜਦੋਂ ਇਹ ਕਰਦਾ ਤਾਂ ਕੁਝ ਤੋਂ ਸਪੈਸ਼ਲ ਰੱਖਣਾ ਧਿਆਨ ਫਿਰ ਉਹਨੇ ਵੈਸੇ ਨਾਲ ਉਹਦੇ ਮੁੰਡਾ ਅਭੀ ਉਹਨੇ ਕੀਤਾ ਸੀ ਪਰ ਉਹ ਰੋਜ਼ ਗੇੜਾ ਮਾਰਦਾ ਸੀਗਾ ਅੰਮ੍ਰਿਤਸਰ ਆ ਜਾਂਦਾ ਸੀ ਉਹ 2 ਦਿਨ ਰਹਿ ਕੇ ਫਿਰ ਚਲਾ ਜਾਂਦਾ ਸੀ ਹੂੰ ਹੂੰ ਤੇ ਉਹ ਬੜਾ ਉਹਨਾਂ ਨੇ ਬਹੁਤ ਇੱਕ ਨੇਚਰਲ ਤੇ ਡੁਪਲੀਕੇਟ ਜਾਂ ਨਹੀਂ ਲੱਗਦਾ ਸੀ ਇਹਦਾ ਫਿਰ ਅਸੀਂ ਲੁੱਕ ਚੈੱਕ ਲਈ ਵੰਟੀ ਆਸ਼ਿਸ਼ ਡਾਇਰੈਕਟਰ ਅਸੀਂ ਫਿਰ ਉੱਥੇ ਫਲੈਟ ਦੇ ਵਿੱਚ ਇਹ ਘੱਟੋ ਘੱਟ 20 ਦਿਨ ਪਹਿਲਾਂ ਅਸੀਂ ਸਾਰਾ ਕਰਕੇ ਦੇਖਿਆ ਕਿੱਥੇ ਕੱਟ ਕਿਹੜਾ ਠੀਕ ਲੱਗਦਾ ਕਿਹੜਾ ਨਹੀਂ ਠੀਕ ਲੱਗਦਾ ਕਿਵੇਂ ਹੈ ਕੈਸਾ ਉਹਨਾਂ ਦੀ ਮੇਕਿੰਗ ਵਗੈਰਾ ਵੀ ਬਣਾਈ ਹੋਈ ਵੈਸੇ ਨੇ ਤੇ ਵੀ ਕਿਵੇਂ ਲੱਗ ਰਿਹਾ ਮਤਲਬ ਇਹ ਹੈ ਕਿ ਕਿਹੜੀ ਜ਼ਿਆਦਾ ਖਤਰਨਾਕ ਲੁੱਕ ਲੱਗਦੀ ਆ ਉਹਦੇ ਲਈ ਕਿਉਂਕਿ ਪੋਸਟਰ ਤਾਂ ਪਹਿਲਾਂ ਅਸੀਂ ਦੇਖਿਆ ਸੀਗਾ ਬਹੁਤ ਹੀ ਦਮਦਾਰ ਖਤਰਨਾਕ ਲੁੱਕ ਹੈਗੀ ਆ ਜਦੋਂ ਟੀਜ਼ਰ ਆਇਆ ਸੀ ਉਹਨੇ ਵੀ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਲਓ ਜੀ ਹੁਣ ਪੰਮਾ ਚੇਤਾ ਸਿੰਘ ਦੇ ਕਿਰਦਾਰ ਦੇ ਵਿੱਚ ਆ ਰਿਹਾ ਕਿਉਂਕਿ ਉਹ ਕਿਰਦਾਰ ਵੀ ਤੇ ਇਹ ਕਿਰਦਾਰ ਵੀ ਬਹੁਤ ਹੀ ਦਮਦਾਰ ਆ ਪੰਜਾਬੀ ਇੰਡਸਟਰੀ ਦਾ ਜਦੋਂ ਅਸੀਂ ਜ਼ਿਕਰ ਕਰਦੇ ਆ ਜਾਂ ਇੰਟਰਵਿਊਜ਼ ਹੁੰਦੀਆਂ ਫਿਲਮਾਂ ਆਉਂਦੀਆਂ ਆ ਤੇ ਇਹਦਾ ਨਾ ਕੰਪੈਰੀਸ਼ਨ ਅੱਜ ਕੱਲ ਆਮ ਹੋ ਗਿਆ ਸਾਊਥ ਇੰਡਸਟਰੀ ਦੇ ਨਾਲ ਮੈਨੂੰ ਲੱਗਦਾ ਕਿ ਹੁਣ ਉੱਥੇ ਜ਼ਿਕਰ ਹੋ ਰਿਹਾ ਹੋਣਾ ਕਿ ਚੇਤਾ ਸਿੰਘ ਫਿਲਮ ਆ ਰਹੀ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਹੀ ਦਮਦਾਰ ਆ ਲੱਗੇ ਹੋਏ ਸਾਰੇ ਜਣੇ ਮਿਹਨਤ ਕਰਨ ਤੇ ਦੇਖੋ ਹੁਣ ਕੀ ਹੈ ਕਿਵੇਂ ਹੁੰਦਾ ਫਿਲਮ ਆਉਣ ਤੇ ਉਮੀਦਾਂ ਸਾਰਿਆਂ ਨੂੰ ਬਹੁਤ ਆ ਕਿਉਂਕਿ ਸਾਰਿਆਂ ਨੇ ਮਿਹਨਤ ਬਹੁਤ ਮਿਹਨਤ ਕੀਤੀ ਆ ਉਡੀਕ ਵੀ ਕੀਤੀ ਆ ਓਕੇ ਜਦੋਂ ਤੁਹਾਨੂੰ ਇਹ ਫਿਲਮ ਆਫਰ ਹੋਈ ਤੁਹਾਡੇ ਤੱਕ ਕਹਾਣੀ ਪਹੁੰਚੀ ਤਾਂ ਤੁਸੀਂ ਕਿਹੜੀ ਇੱਕ ਚੀਜ਼ ਕਿਉਂਕਿ ਚਲੋ ਠੀਕ ਹੈ ਤੁਹਾਡਾ ਪਹਿਲਾਂ ਵੀ ਤੁਸੀਂ ਇਦਾਂ ਦੇ ਖਤਰਨਾਕ ਕਿਰਦਾਰ ਅਦਾ ਕੀਤੇ ਆ ਹਨ ਕਿਹੜੀ ਇੱਕ ਚੀਜ਼ ਨੇ ਤੁਹਾਨੂੰ ਕਿਹਾ ਕਿ ਹਾਂ ਮੈਂ ਕਰਦਾ ਸ਼ਾਇਦ ਮੇਰੇ ਲਈ ਬਣੀ ਆ ਫਿਲਮ ਇਹ ਇਹ ਤੇ ਦੋ ਚੀਜ਼ਾਂ ਹੁੰਦੀਆਂ ਸੀਆਂ ਇੱਕ ਤਾਂ ਵਾਰਨਿੰਗ ਤੋਂ ਬਾਅਦ ਇਹ ਪਹਿਲੀ ਫਿਲਮ ਸਾਈਨ ਕੀਤੀ ਸੀ ਹਾਂ ਹਨਾ ਪ੍ਰੋਡਿਊਸਰ ਨਾਲ ਗੱਲ ਹੋਈ ਕੁੜੀ ਰੋਮਾ ਉਹਨੇ ਕਾਸਟਿੰਗ ਦਾ ਕੀਤਾ ਸੀ ਤੇ ਦੂਜੀ ਗੱਲ ਸੀ ਕਿ ਜਿਹੜੀ ਬਹੁਤ ਇਸ ਗੱਲ ਤੇ ਮੋਹ ਹੀ ਲੱਗ ਗਈ ਉਹ ਸੀਗੀ ਫਿਲਮ ਦਾ ਡਾਇਰੈਕਟਰ ਹੂੰ ਬੰਟੀ ਨੂੰ ਮੈਂ ਜਦੋਂ ਮੈਂ ਅੱਧਾ ਘੰਟਾ ਹੀ ਮਿਲਿਆ ਤੇ ਜਾਦੇ ਟਾਈਮ ਨਹੀਂ ਸਾਡੇ ਤੋਂ ਬੈਠਾਗਾ ਜੀ ਮੈਂ ਬੰਟੀ ਨੂੰ ਮਿਲਿਆ ਤੇ ਅਸੀਂ ਬੈਠੇ ਕੌਫੀ ਸ਼ਾਇਦ ਪੀਤੀ ਹੈ ਕਿ ਨਹੀਂ ਪੀਤੀ ਹੈ ਇਹ ਪਤਾ ਨਹੀਂ ਹੂੰ ਹੂੰ ਤੇ ਉੱਥੇ ਸ਼ਾਇਦ ਇੱਕ ਹੋਰ ਮੇਰੀ ਮੀਟਿੰਗ ਸੀ ਉਹ ਮੈਂ ਕਰੀ ਜਾਂਦਾ ਸੀ ਉਦੋਂ ਬਾਅਦ ਮੈਂ ਬੰਟੀ ਨਾਲ ਇਹ ਉਹਦੇ ਆ ਗਿਆ ਸੀ ਫਿਰ 10-5 10 ਮਿੰਟ ਬੈਠੇ ਫਿਰ ਅਸੀਂ ਬਹਿ ਗਏ ਹੂੰ ਹੂੰ ਉਹਦੇ ਘੰਟਾ ਜਿਹੜਾ ਮੈਂ ਬੈਠਿਆ ਉਹ ਫਿਰ ਇਸ ਗੱਲ ਤੇ ਮੋਹ ਰਹੀ ਮੈਨੂੰ ਇਹ ਹੋਇਆ ਵੀ ਯਾਰ ਹਾਂ ਇਹ ਬੰਦਾ ਇਹਦਾ ਵਿਜ਼ਨ ਵਧੀਆ ਹੈ ਮਿਹਨਤੀ ਹੈ ਵੀ ਇਹ ਬੰਦਾ ਕੰਮ ਕਰੂਗਾ ਹਾਲਾਂਕਿ ਉਹਦੀ ਫਸਟ ਫਿਲਮ ਸੀ ਹਾਂਜੀ ਹਾਂਜੀ ਪਰ ਆਪਾਂ ਨੂੰ ਪਤਾ ਤਾਂ ਲੱਗ ਹੀ ਜਾਂਦਾ ਹੁੰਦਾ ਉਹ ਇੰਨੇ ਟਾਈਮ ਤੋਂ ਉਹਨੇ ਮੈਨੂੰ ਆਪਦੇ ਬਾਰੇ ਦੱਸਿਆ ਜੀ ਜੀ ਕੁਝ ਫਿਲਮ ਦੀਆਂ ਗੱਲਾਂ ਹੋਈਆਂ ਫਿਰ ਉਹਦੇ ਮੋਹ ਮੈਂ ਫਿਰ ਵੀ ਆਇਆ ਚੱਲੀ ਜਾਂਦਾ ਸੀ ਬਿਸਾਨੂ ਸੀਗਾ ਮੈਂ ਅਮਨ ਨੂੰ ਚੀਮੇ ਨੂੰ ਕਿਹਾ ਯਾਰ ਪੂਰਾ ਵੀ ਨਾਲ ਹੀ ਸੀ ਵੀ ਯਾਰ ਆਏ ਜੇ ਵੀ ਠੀਕ ਹੈ ਵੀ ਪੈਸੇ ਤੇਲੇ ਵੀ ਵਧੀਆ ਦੇਈ ਜਾਂਦੇ ਆ ਉਵੇਂ ਵੀ ਹੈ ਠੀਕ ਹੈ ਪਰ ਵੀ ਡਾਇਰੈਕਟਰ ਮੈਂ ਜਦੋਂ ਮਿਲਿਆ ਤੇ ਅੱਧੇ ਘੰਟੇ ਬਾਅਦ ਮੈਂ ਕਿਹਾ ਵੀ ਢਾਨਾ ਚੱਕ ਦੋ ਫੱਟੇ ਚੱਕ ਦੋ ਫੱਟੇ ਕਿਉਂਕਿ ਕਹਾਣੀ ਦਮਦਾਰ ਆ ਕਹਾਣੀ ਦਮਦਾਰ ਹੈ ਕਹਾਣੀ ਦੇ ਨਾਲ ਮੈਨੂੰ ਸੀਗਾ ਵੀ ਡਾਇਰੈਕਟਰ ਉਹਨੂੰ ਐਗਜ਼ੀਕਿਊਟ ਕਰ ਲੂਗਾ ਹਾਂ ਖਲਾਰਾ ਬਹੁਤ ਸੀ ਬਿਲਕੁਲ ਤੇ ਪਰ ਬੈਠ ਕੇ ਕਰਕੇ ਫਿਰ ਮੈਨੂੰ ਉਹ ਹੋ ਗਿਆ ਮੈਂ ਕਿ ਚੱਕ ਦੁਪੱਟੇ ਜਦੋਂ ਡਾਇਰੈਕਟਰ ਸਾਹਿਬ ਹੁਣਾਂ ਨਾਲ ਗੱਲ ਹੋਈ ਸੀ ਹੁਣਾਂ ਨਾਲ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਜਿਹੜਾ ਇਹਦਾ ਸੈੱਟ ਸੀਗਾ ਉਹਨੂੰ ਰੈਡੀ ਕਰਨ ਨੂੰ ਬਹੁਤ ਹੀ ਮਤਲਬ ਕਿ ਟਾਈਮ ਵੀ ਲੱਗਾ ਜਾਂ ਕਹਿ ਲਓ ਕਿਉਂਕਿ ਨੈਚੁਰਲ ਜੋ ਚੀਜ਼ਾਂ ਹੈਗੀਆਂ ਆ ਉਹ ਚੀਜ਼ ਦਿਖਾਉਣੀ ਸੀਗੀ ਜਦੋਂ ਤੁਸੀਂ ਸੈੱਟ ਦੇ ਉੱਤੇ ਪਹਿਲੀ ਵਾਰੀ ਪਹੁੰਚੇ ਤਾਂ ਕੀ ਤੁਹਾਡਾ ਰਿਐਕਸ਼ਨ ਸੀਗਾ ਮੈਂ ਮੈਨੂੰ ਥੋੜੀ ਜਿਹੀ ਆਦਤ ਹੈ ਵੀ ਜੇ ਮੈਂ ਵਿੱਚ ਇਨਵੋਲਵ ਆ ਨਾ ਤੇ ਮੈਂ ਲਹੁ ਪੀ ਰੱਖਦਾ ਅੱਛਾ ਜਿਵੇਂ ਹੁਣ ਅੱਜ ਗਾਣਾ ਹੋਣਾ ਮੰਨ ਲਓ ਗਾਣਾ ਉਹ ਬਾਂਦਾ ਪਿਆ ਇੱਕ ਤੇ ਮੈਂ ਇਹਦੇ ਕੋਲੇ ਇਹ ਹਜੇ ਡਾਊਨਲੋਡ ਕਰੀਦਾ ਮੈਂ ਗਾਣਾ ਲਖਾ ਗਾਣਾ ਕਿਉਂ ਜੋ ਮੈਂ ਜੋ ਮੈਨੂੰ ਹੁੰਦਾ ਵੀ ਇੱਕ ਕਿਉਂਕਿ ਜੇ ਮੈਂ ਕਹਤਾ ਵੀ ਆਰ ਠੀਕ ਆ ਫਿਰ ਇੰਨੇ ਟਾਈਮ ਦੇ ਜੁੜੇ ਹੋਏ ਆਂ ਵੀ ਠੀਕ ਆ ਆ ਰਿਹਾ ਠੀਕ ਆ ਕੋਈ ਨਹੀਂ ਹੈ ਨਾ ਇੱਕ ਹੁੰਦਾ ਵੀ ਤੁਸੀਂ ਨਹੀਂ ਧਿਆਨ ਦਿੰਦੇ ਫਿਲਮਾਂ ਦੇਖ ਹੁੰਦਾ ਵੀ ਤੁਸੀਂ ਜ਼ੋਰ ਲਾਉਣਾ ਕੋਈ ਸੁਣਦਾ ਨਹੀਂ ਤੁਹਾਡੀ ਹਾਂ ਨਾ ਤੇ ਜਦੋਂ ਉਹ ਗੱਲ ਸੱਚ ਹੋ ਜਾਂਦੀ ਫਿਰ ਉਹ ਬੰਦਾ ਕਹਿੰਦਾ ਯਾਰ ਤੂੰ ਸਹੀ ਕਿਹਾ ਸੀ ਉਦੋਂ ਨੂੰ ਟਾਈਮ ਨਿਕਲ ਚੁੱਕਿਆ ਹੁੰਦਾ ਹੂੰ ਹੂੰ ਜਾਂ ਮੈਂ ਕਮਾਂ ਵੀ ਯਾਰ ਮੈਂ ਤੈਨੂੰ ਕਹਿਣਾ ਸੀ ਹੂੰ ਉਹਦੀ ਬਜਾਏ ਵੀ ਚਾ ਡੁੱਲਣ ਤੋਂ ਬਾਅਦ ਨਾ ਕਹੀਏ ਪਹਿਲਾਂ ਹੀ ਕਹਿ ਦੀ ਵੀ ਕਿਉਂ ਡੋਲੀ ਹੈ ਹੂੰ ਚਾ ਡੁੱਲਣ ਤੋਂ ਪਹਿਲਾਂ ਕਹਿ ਦੇ ਵੀ ਵੀਰੇ ਤਾਂ ਨਾਲ ਚਾਰ ਬਲੂਗੀ ਬਿਲਕੁਲ ਬਿਲਕੁਲ ਯੋ ਮੈਨੂੰ ਥੋੜਾ ਜਿਹਾ ਹੈਗਾ ਵੀ ਮੈਂ ਸਕਰੀਨ ਪਲੇ ਡਾਇਲਗ ਚ ਅਨਫੋਲੋ ਸੀ ਹਾਂ ਤਾਂ ਮੈਂ ਇਹਨੂੰ ਕਿਹਾ ਮੈਂ ਕਿਹਾ ਕੀ ਐ ਇੰਨੇ ਦਿਨ ਹੋ ਗਏ ਦੱਸੋ ਦਿਖਾਓ ਕੀ ਚੱਲ ਰਿਹਾ ਪਰ ਵਾਹ ਸੈਤ ਦਾ ਹਾਂ ਵੀ ਤੂੰ ਬੈਠਾ ਐ ਇੱਥੇ ਤੂੰ ਵੀ ਇਹ ਆਪ ਉਨੇ ਦਿਨ ਉੱਥੇ ਹੀ ਰਿਹਾ ਸੈਟ ਤੇ ਹਾਂ ਅੱਛਾ ਅੱਛਾ ਸੋਨੂ ਇਹਦਾ ਦੋਸਤ ਆ ਉਹ ਬਹੁਤ ਮਿਹਨਤ ਕੀਤੇ ਉਹ ਬੰਦੇ ਨੇ ਮੈਂ ਇੱਕ ਮੈਨੂੰ ਬਹੁਤ ਵਧੀਆ ਲੱਗੇ ਜਿਵੇਂ ਮੇਰੇ ਮਿੱਤਰ ਆ ਮੇਰੇ ਦੋਸਤ ਆ ਉਹ ਜਿਵੇਂ ਮੇਰੇ ਨਾਲ ਖੜਦੇ ਆ ਅੱਜ ਵੀ ਹਾਂ ਹਾਂ ਵੀ ਜਿੰਨੇ ਮੇਰੇ ਪ੍ਰਾਣੇ 40 45 ਜਣੇ ਦੋਸਤ ਆ ਵੀ ਜੇ ਮੈਂ ਹੁਣ ਵੀ ਕਿਸੇ ਨੂੰ ਫੋਨ ਕਰਾਂ ਵੀ ਮੈਂ ਮੈਨੂੰ ਤੁਸੀਂ ਇੱਥੇ ਚਾਹੀਦੇ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਕਿਸੇ ਨੂੰ ਪੁੱਛੂਗਾ ਵੀ ਤੂੰ ਚੱਲਿਆ ਕਿ ਨਹੀਂ ਚੱਲਿਆ ਸਭ ਨਹੀਂ ਚੱਲਦਾ ਹੈਨਾ ਸਾਡਾ ਆਪ ਦਾ ਇੱਕ ਗਰੁੱਪ ਵੀ ਬਣਿਆ ਅੱਜ ਵੀ ਅਸੀਂ ਗੱਲਾਂ ਬਾਤਾਂ ਮਾਰਦੇ ਹਾਂ ਕਲਾਕਾਰ ਗਰੁੱਪ ਉਹਦਾ ਨਾਮ ਵੀ ਪਹਿਲਾਂ ਵੀ ਸਾਡਾ ਕਲਾਕਾਰ ਗਰੁੱਪ ਹੀ ਹੁੰਦਾ ਸੀ ਉਵੇਂ ਹੀ ਇਹਦੇ ਮੈਨੂੰ ਲੱਗਿਆ ਉੱਥੇ ਵੀ ਕੋਈ ਨਾਂ ਤਾਂ ਹੈ ਹੀ ਨਹੀਂ ਠੰਡੇ ਇੰਨੀ ਮੀਂਹ ਵੀ ਪਈ ਜਾਂਦਾ ਪਾਣੀ ਵੀ ਖੜੀ ਜਾਂਦਾ ਨਹਿਰ ਦੇ ਕੰਢੇ ਤੇ ਆ ਉਹ ਡਟੇ ਪਏ ਆ ਬੰਦੇ ਡਟੇ ਪਏ ਆ ਹਾਂ ਸਾਰੀ ਟੀਮ ਦੀ ਬਹੁਤ ਬਹੁਤ ਮਿਹਨਤੀ ਸਾਰੇ ਜਾਨੇ ਇਹਨੇ ਫਿਰ ਮੈਨੂੰ ਵੀਡੀਓ ਤੇ ਫੋਟੋ ਭੇਜੀ ਕਿੱਟ ਕੇ ਮੈਂ ਕਰ ਤਸੱਲੀ ਹੋ ਗਈ ਓਕੇ ਬਹੁਤ ਠੀਕ ਹੈ ਠੀਕ ਹੈ ਅੱਛਾ ਜਦੋਂ ਵੀ ਤੁਸੀਂ ਸੈੱਟ ਦੇ ਉੱਤੇ ਹੁੰਨੇ ਹੋ ਕੋਸ਼ਕ ਚੀਜ਼ਾਂ ਹੁੰਦੀਆਂ ਹਨਾ ਕਿ ਜੇ ਸੈੱਟ ਤੇ ਜਾਂਦੇ ਸਾਨੂੰ ਮੈਨੂੰ ਆ ਚੀਜ਼ ਨਹੀਂ ਚਾਹੀਦੀ ਪਰ ਮੇਰੇ ਰੋਲਾ ਹੋ ਗਿਆ ਕਰਾਊਡ ਜ਼ਿਆਦਾ ਹੋ ਗਿਆ ਐਨੀਥਿੰਗ ਨਹੀਂ ਨਹੀਂ ਮੈਂ ਮੈਂ ਬਹੁਤ ਫਿਲਮੀ ਬੰਦਾ ਐ ਇਸ ਮਗਲੇ ਚ ਮੈਨੂੰ ਹੁੰਦਾ ਫਿਲਮ ਜੀ ਲੱਗਣੀ ਚਾਹੀਦੀ ਮਾਹੌਲ ਜਾਂ ਕਿਉਂਕਿ ਪੁਰਾਣੀਆਂ ਫਿਲਮਾਂ ਜਿਵੇਂ ਇੱਕ ਹੁਣ ਫੇਸਬੁੱਕ ਤੇ ਨਾ ਉਹ ਗਰੁੱਪ ਜਾਂ ਪੇਜ ਜਾਂ ਲਹਿਰੀ ਅੱਛਾ ਉਹਦੇ ਤੇ ਦਿਖਾਉਂਦੇ ਆ ਫਿਲਮਾਂ ਦੀਆਂ ਸ਼ੂਟਿੰਗਾਂ ਮੂਰਤ ਸ਼ੌਟ ਤੇ ਅੰਤਾਲ ਆ ਜਾਂਦੇ ਪਹਿਲਾਂ ਨਹੀਂ ਹਾਂ 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 ਉਹ ਲੋਹਾਂ ਦੇ ਉਹ ਅਸਲ ਚ ਪਹਿਲਾਂ VHS ਕੈਸੇਟਸ ਆਉਂਦੀ ਹੁੰਦੀ ਸੀ ਹੂੰ ਅਸੀਂ ਉਹ 30 ਰੁਪਏ ਲੈਂਦਾ ਸੀ ਕਿਰਾਇਆ ਸਾਡੇ ਤੋਂ 5-5 ਰੁਪਏ ਪਾ ਕੇ ਅਸੀਂ ਉਹ ਲਾਜ਼ਮੀ ਦੇਖਣੀ ਆਉਂਦੀ ਵਾਹ ਤੇ ਉਹ ਦੇਖ ਕੇ ਅਸੀਂ ਆਪਦੀ 92 ਦੀ ਗੱਲ ਆ ਛੋਟੇ ਛੋਟੇ ਸੀ ਉਹ ਦੇਖ ਕੇ ਅਸੀਂ ਪਹਿਲਾਂ ਟਰਾਲੀ ਬਣਾਈ ਆ ਆਪਦੀ ਹੂੰ ਫਿਰ ਆਪਦੀ ਕ੍ਰੇਨ ਬਣਾਈ ਆ ਜੀ ਵਾਹ ਬੱਦਮੇਚ ਅੱਛਾ ਹਾਂ ਤੇ ਫਿਰ ਅਸੀਂ ਇੱਕ ਫਿਲਮ ਜਿਹੜੀ ਉਦੋਂ VHS ਤੋਂ ਬਾਅਦ ਨਾ ਸੁਪਰ VHS ਕੈਸਟ ਆਈ ਸੀ ਜਿਹੜੀ ਕਿ ਬੀਟਾ ਦੇ ਕਨਵਰਟ ਹੋ ਜਾਂਦੀ ਸੀ ਜਿਵੇਂ ਗੱਲ ਸੁਣਦੇ ਹੁੰਦੇ ਸੀ ਨਾ ਵੀ ਬੀਟਾ ਦੀ ਜਿਹੜੀ ਕੈਸਟ ਆ ਉਹ 16mm ਤੇ ਹੋ ਜਾਂਦੀ ਹ ਹ ਹ ਕਨਵਰਟ ਉਦੋਂ ਹੋ ਜਾਂਦੀ ਸੀ ਜੀ ਉਵੇਂ ਕਰਕੇ ਫਿਰ ਅਸੀਂ ਪਾਸ਼ ਦੀਆਂ ਨਜ਼ਮਾਂ ਤੇ ਇੱਕ ਫਿਲਮ ਬਣਾਈ ਹੈ ਨਾ ਤੇ ਉਹਦਾ ਕਲਾਈਮੈਕਸ ਅਸੀਂ ਬਰੋਕ ਲੈ ਰਹਿंदा ਸੀ ਉਹਦ ਨੂੰ ਮੱਚਸ ਰਿਲੀਜ਼ ਹੋ ਗਈ ਸਾਡਾ ਕਲਾਈਮੈਕਸ ਮੈਚ ਕਰ ਗਿਆ ਸੀ ਵੀ ਨਹੀਂ ਯਾਰ ਰੋਟਾ ਆ ਗਏ ਹੁਣ ਹੁਣ ਇਹਦਾ ਕੀ ਹੈ ਹੁਣ ਅਗਲਾ ਕੁਛ ਕੀਤਾ ਪਈਏ ਹਜੇ ਪਈਆਂ ਸਾਡੇ ਕੋਲੇ ਉਸ ਕਰਕੇ ਉਹ ਜਿਹੜਾ ਮਾਹੌਲ ਆ ਨਾ ਵੀ ਇਹ ਤਾਂ ਮੈਨੂੰ ਘੈਂਟ ਹੀ ਬੋਲ ਲੱਗਦਾ ਹੈ ਮਾਹੌਲ ਉੱਥੇ ਇਧਰ ਵੀ ਫਿਰ ਰੇਚਾਕ ਦੇ ਹੋਏ ਰੱਖਦੇ ਹੋਏ ਮੈਨੂੰ ਨਹੀਂ ਐ ਕਦੇ ਹੋਇਆ ਵੀ ਆ ਕਿਉਂ ਖੜੇ ਮੈਨੂੰ ਹੁੰਦਾ ਵੀ ਠੀਕ ਹੈ ਮਾਹੌਲ ਲੱਗਦਾ ਹੈ ਪੁਰਾਣੀਆਂ ਫਿਲਮਾਂ ਦੇਖਦੇ ਤਾਂ ਹੁੰਦੇ ਸੀ ਬੰਬੇ ਉਹ ਰੱਸੇ ਫੜ ਕੇ ਸ਼ੂਟ ਕਰਦੇ ਨੇ ਜਾਂ ਗਾਣਾ ਜਾਂ ਹਾਂ ਉਹ ਜਿਹੜੇ ਲੋਕ ਖੜੇ ਜਦੋਂ ਉੱਥੇ ਖੜੇ ਆ ਤਾਂ ਮਜ਼ਾ ਆਉਂਦਾ ਉਹਦਾ ਸਵਾਦ ਹੀ ਵੱਖਰਾ ਠੀਕ ਹੈ ਠੀਕ ਹੈ ਅੱਛਾ ਤੇ ਜਦੋਂ ਤੁਸੀਂ ਫਿਲਮ ਦਾ ਸ਼ੂਟ ਕਰਦੇ ਸੀਗੇ ਤੁਸੀਂ ਜ਼ਿਕਰ ਵੀ ਕੀਤਾ ਕਿ ਠੰਡ ਦਾ ਮਾਹੌਲ ਸੀ ਬਹੁਤ ਹੀ ਜ਼ਿਆਦਾ ਹਨਾ ਤੇ ਕੋਈ ਇਹੋ ਜਿਹਾ ਸੀਨ ਜਿਹੜਾ ਬਹੁਤ ਹੀ ਜ਼ਿਆਦਾ ਟੇਕ ਆਏ ਹੋਣ ਜਾਂ ਔਖਾ ਹੋਇਆ ਹੋਵੇ ਕਈ ਵਾਰੀ ਕੁਛ ਕਿਸੇ ਨੇ ਹੁੰਦੇ ਦੇਖੋ ਔਖਾ ਟੇਕ ਹੋਏ ਹੋ ਸਕਦੇ ਹਾਂ 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 ਬਿਲਕੁਲ ਕਿ ਮੈਂ ਬਹੁਤ ਆਇਆ ਤਾਂ ਨਹੀਂ ਬਹੁਤ ਘੈਂਟ ਹੈ ਮੈਂ ਟੇਕ ਨਹੀਂ ਕਰਦਾ ਪਰ ਵੀ ਔਖਾ ਨਹੀਂ ਹੋਇਆ ਕਦੇ ਮੈਂ ਹੂੰ ਟੇਕ ਹੋਏ ਹੋਣਗੇ ਫਿਰ ਇੱਕ ਵੀ ਚੱਲ ਵੀ ਡਾਇਰੈਕਟਰ ਨੇ ਕਿਹਾ ਤਾਂ ਪਾਜੀ ਹੋਰ ਇੱਕ ਵਧੀਆ ਕਰਦੇ ਠੀਕ ਹੈ ਵੀਰੇ ਫਿਰ ਮੇਰਾ ਜੀ ਕਰਾ ਵੀ ਵੰਟੀ ਇੱਕ ਹੋਰ ਕਰੀਏ ਹਾਂ ਇੱਕ ਹੋਰ ਕਰ ਲੈਨੇ ਆ ਵੀ ਮੌਲ ਮ제 ਚ ਚੱਲਦਾ ਰ ਔਖੇ ਨਹੀਂ ਹੋਏ ਟੇਕ ਵਗੈਰਾ ਹੋਏ ਸਾਰਾ ਕੁਛ ਹੋਇਆ ਹੂੰ ਤੇ ਵੈਸੇ ਇੱਕ ਮਨਦਾਦਾ ਉਹ ਜਿਹੜੀ ਅਸੀਂ ਹੱਡਾ ਰੋੜੀ ਦੇ ਵਿੱਚ ਝੁੱਗੀ ਬਣਾਈ ਸੀਗੀ ਜੀ ਤੇ ਉਹਦੀ ਰਜਾਈ ਨਾ ਨਵੀਂ ਰੱਖੀ ਬੈਠੇ ਸੀ ਇਹ ਮੈਂ ਕਹ ਰਹੀ ਨਹੀਂ ਗੱਲ ਨਹੀਂ ਬਣਨੀ ਇਹ ਤਾਂ ਮੌਲ ਬੰਨ ਨੀ ਫਿਰ ਲਾਈਟਾਂ ਵਾਲਾ ਟਰੱਕ ਸੀ ਸ਼ਾਇਦ ਪਤਾ ਨਹੀਂ ਕਿਸੇ ਦੀ ਉਹ ਟਰੱਕ ਦੇ ਵਿੱਚੋਂ ਜਿਹੜੀ ਡਰਾਈਵਰ ਕੋਲੇ ਹੁੰਦੀ ਉਹ ਰਜਾਈ ਮੰਗਾਵੇ ਹਾਂ ਹਾਂ ਲਗਾ ਉਹ ਲਿਆ ਦੀ ਇੱਕ ਅੱਧੀ ਵਾਰੀ ਲੱਗੂਗਾ ਵੀ ਉਹ ਵਿਚਾਰਾ ਲੈ ਕੇ ਪੈਂਦਾ ਮੜਾ ਮੋਟਾ ਮੈਨੂੰ ਉਹਨਾਂ ਨੂੰ ਫੇ ਨਵੀਂ ਦੇ ਦਿੱਤੀ ਉਹਨਾਂ ਨੂੰ ਨਵੀਂ ਦੇਤੀ ਉਹ ਰੱਖ ਲਈ ਮੈਨੂੰ ਲੱਗਦਾ 10 ਕਿ ਮਿੰਟ ਮੈਨੂੰ ਉਪਰ ਹੀ ਜੀ ਲੱਗੀ ਉਸ ਤੋਂ ਬਾਅਦ ਆਲਦੀ ਜੀ ਠੰਡ ਬਹੁਤ ਸੀ ਫਿਰ ਮੈਂ ਉੱਤੇ ਲੈ ਕੇ ਨਾ ਵੀ ਸੀਨ ਦਿੱਤਾ ਸ਼ਾਟ ਦਿੱਤਾ ਉੱਥੇ ਹੀ ਸੌ ਜਾਂਦਾ ਹਾਂ ਦਾ ਹੂੰ ਵੀ ਰਾਤ ਵੀ ਲੇਟ ਗਿਆ ਮੈਂ ਨੰਨੇ ਕਹਿੰਦਾ ਪਾਜੀ ਘੰਟਾ ਕਹੈ ਨਹੀਂ ਮੈਂ ਚਲੋ ਉੱਥੇ ਹੀ ਸੁੱਤਾ ਆ ਪਿਆ ਫੇਰ 8:00 ਵਜੇ ਉਹ ਸਰ ਜਾਈ ਚੀ ਹਾਂ ਉੱਥੇ ਫੇਰ ਮਾਹੌਲ ਬਣਾ ਰਹਿਦਾ ਸੀ ਉਦਾਂ ਕਈ ਦਿਨ ਨਾਤਾ ਨਹੀਂ ਸੀ ਮੈਂ ਹਾਂ ਅਸੀਂ ਸੁਣਾ ਨਹੀਂ ਹਾਂ ਵੀ ਜੀ ਉਹ ਮੈਂ ਵਾਲ ਬੂਲ ਜੇ ਵਾਕੇ ਆਗਾ ਚੀਰ ਜਾ ਡਿਗੇਗਾ ਜਾਂ ਮੈਂ ਵੀ ਪੂਰੇ ਮਾਹੌਲ ਚ ਆ ਗਿਆ ਡਿਓ ਡੂਓ ਮੈਂ ਡਿਓ ਡੂਓ ਵੀ ਨਹੀਂ ਛੱਡ ਕੇ ਉਹਨਾਂ ਦਿਨਾਂ ਚ ਹਾਂ ਵੀ ਉਹ ਨਹੀਂ ਹੋਵੇਂ ਨੀ ਕੀਤਾ ਵੀ ਯਾਰ ਕਿਤੇ ਇਹ ਨਾ ਹੋਵੇ ਵੀ ਕਿਤੇ ਨਾ ਕਿਤੇ ਕੈਮੀਜ਼ਮ ਜਾ ਰਿਹਾ ਜੇ ਉਹ ਉਹ ਕੈਰੈਕਟਰ ਚ ਢਲ ਜੀਏ ਹੋ ਨਹੀਂ ਉਹ ਚਪਲਾਂ ਕਿੰਨੇ ਦਿਨ ਨਹੀਂ ਨਾਤੇ ਜਿਆਦੇ ਦਿਨ ਕੱਟੇ ਨਹੀਂ ਜਾਂਦੇ ਠੰਡ ਵੀ ਸੀਗੀ ਆ ਠੰਡ ਵੀ ਸੀਗੀ ਚਲ ਠੰਡ ਕਰਕੇ ਵੀ 4 ਦਿਨ 5 ਦਿਨ ਹੂੰ ਹੂੰ ਵੀ ਜਿਵੇਂ ਜਿਹੜੇ ਜਿੰਨੇ ਕ ਦਿਨ ਮੇਰਾ ਚੱਲਿਆ ਦਾ ਚੇਤੇ ਆਲਾ ਜਿਹੜਾ ਹੱਡਾ ਰੋੜੇ ਵਾਲਾ ਉਹਦਾ ਸਭ ਉਹ ਮੈਨੂੰ ਲੱਗਦਾ ਵੀ 15 ਦਿਨ ਜੇ ਚੱਲਿਆ ਤਾਂ ਇਹ ਮੰਨ ਕੇ ਚੱਲੋ ਵੀ ਮੈਂ ਵਿੱਚੋਂ ਸ਼ਾਇਦ ਇੱਕ ਵਾਰੀ ਨਾ ਤਾਂ ਹਾਂਗਾ। ਅੱਛਾ। ਅੱਛਾ ਇਹ ਨਹੀਂ ਸੋਚਿਆ ਕਿ ਚਲੋ ਮੇਕਅਪ ਹੋਈ ਜਾਣਾ ਆ। ਨਹੀਂ 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 ਉਦ ਫੀਲ ਹੀ ਨਹੀਂ ਹੁੰਦੀ ਸੀ ਨਾ। ਹੂੰ। ਮਾਹੌਲ ਹੀ ਨਹੀਂ ਹੁੰਦਾ ਸੀ। ਮੇਕਅਪ ਜਿਹੜਾ ਸੀ ਉਹ ਵੀ ਗੰਦੜ ਮੰਦੜ ਹੀ ਚਾਹੀਦਾ ਸੀਗਾ। ਬਿਲਕੁਲ ਬਿਲਕੁਲ ਬਿਲਕੁਲ। ਕੋਈ ਵਧੀਆ ਬੇਸ ਲਾ ਕੇ ਤਾਂ ਕਰਨਾ ਨਹੀਂ ਹੁੰਦਾ। ਕਟਸ ਹੀ ਬਣਾਉਣੇ ਹੁੰਦੇ ਸੀ ਉਹਨਾਂ ਨੇ। ਠੀਕ ਹੈ ਠੀਕ ਹੈ। ਅੱਛਾ ਤੇ ਫਿਲਮ ਦੇ ਵਿੱਚ ਬਸ ਇੱਕ ਤੁਸੀਂ ਇਹ ਨਹੀਂ ਪਾਉਣਾ ਕਿ ਇਹਦੀ ਥੰਬ ਲਾਈਨ ਲਾ ਦਿਆਂ। ਦੇਖੋ ਇੰਨੇ ਦਿਨ ਦੀ ਨਾਟਾ। ਹੋ ਡੀਟਰ ਤੇ ਆਉਣੇ ਕਿਹੜਾ ਥਾਮ ਨਹੀਂ ਆਇਆ ਕਰੋ ਪਲੀਜ਼ ਉਹਦੀ ਠੀਕ ਜਿਹਾ ਲਾਇਓ ਨਹੀਂ ਨਾ ਥੱਲੇ ਬਹੁਤ ਆਹ ਬੰਦਾ ਥੱਲੇ ਜਾਂ ਤਾਂ ਨੇਰੀ ਬਹੁਤ ਠੀਕ ਖਾਉਂਗੀ ਹੁਣ ਕੱਲ ਬਾਸੋਂ ਟੀਜ਼ਰ ਆ ਕਿਸੇ ਨੇ ਉਹਦੇ ਉੱਤੇ ਪਾਤੀ ਟੈਗਲਾਈਨ ਦੇਖੋ ਉਹ ਕਿਹੜੀ ਫਿਲਮ ਹੈ ਜਿਹਦਾ ਟੀਜ਼ਰ ਦੇਖ ਕੇ ਸਾਊਥ ਕੰਬ ਗਿਆ ਤੇ ਥੱਲੇ ਇੱਕ ਨੇ ਲਿਖਿਆ ਹੋਇਆ ਕਹਿੰਦਾ ਮੈਂ ਤਾਂ ਕੰਬਿਆ ਨਹੀਂ ਉਫਰ ਉਹ ਮੈਂ ਚੱਲ ਪੈਂਦਾ ਵਿੱਚੋਂ ਇੱਕ ਨੇ ਕਮੈਂਟ ਉਹਦੇ ਤੇ ਕੀਤਾ ਮੈਨੂੰ ਮੁੰਡੇ ਨੇ ਸਕਰੀਨਸ਼ਾਟ ਮਾਰ ਕੇ ਭੇਜਿਆ ਤੇ ਜੀ ਇੱਕ ਨੇ ਕਮੈਂਟ ਕੀਤਾ ਹੋਇਆ ਸੀ ਕਹਿੰਦਾ ਵੀ ਤੁਸੀਂ ਕਮੇਡੀਅਨ ਨੂੰ ਤੁਸੀਂ ਹੀਰੋ ਬਣਾਈ ਬੈਠੇ ਆ ਸਵਾਹ ਕੰਬਣਾ ਹੈ ਨਾ ਉਹ ਅੱਡੋ ਅੱਡ ਹਰੇਕ ਦੀ ਉਵੇਂ ਹੋ ਜਾਂਦੀ ਪਰ ਮੈਨੂੰ ਬਹੁਤ ਰੇਅਰ ਬਹੁਤ ਘੱਟ ਹੈ ਵੀ ਕੋਈ ਮੈਨੂੰ ਐ ਕਮੈਂਟ ਕਰੇ ਜਾਵੇਂ ਕਰੇ ਉਹ ਜਦੋਂ ਫਿਰ ਗੱਲ ਫੁਕਰੀ ਕਰੋਗੇ ਤਾਂ ਅਗਲਾ ਤਾਂ ਥੱਲੇ ਕਰੂਗਾ ਹਨਾ ਨਹੀਂ ਬਹੁਤ ਹੀ ਸੋਹਣਾ ਤੁਹਾਡਾ ਕਿਰਦਾਰ ਹੈਗਾ ਵੈਸੇ ਤੁਸੀਂ ਇਹ ਤੁਹਾਡੇ ਆਸ-ਪਾਸੇ ਕੋਈ ਹੈਗਾ ਭਾਵੇਂ ਮੇਕਅਪ ਨਹੀਂ ਕੀਤਾ ਕਈ ਵਾਰੀ ਹੁੰਦੀ ਨਾ ਲੁੱਕ ਸਾਹਮਣੇ ਵਾਲੇ ਬੰਦੇ ਦੀ ਡਰਾਉਣੀ ਜੀ ਹੁੰਦੀ ਹੈ ਪਰ ਹੁੰਦਾ ਬਿਲਕੁਲ ਆਪੋਜ਼ਿਟ ਹੀ ਹੈ ਕੋਈ ਬੰਦਾ ਹੈ ਤੁਹਾਡੇ ਵਾਲੇ ਦੁਆਲੇ ਕੋਈ ਇਦਾਂ ਦਾ ਮੇਰੇ ਨਾਲ ਹੀ ਉੱਥੇ ਇੱਕ ਜਿਹੜਾ ਜਿਹੜਾ ਬਾਬਾ ਮੈਨੂੰ ਲੈ ਕੇ ਜਾਂਦਾ ਸਾਡਾ ਰੋੜੀ ਹਾਂ ਉਹ ਮਾਨਸਾ ਦਾ ਅੱਛਾ ਮਿਸਤਰੀ ਮਿਸਤਰੀ ਕਹਿੰਦੇ ਉਹਨੂੰ ਅਸੀਂ ਹੂੰ ਹੂੰ ਕਾਫੀ ਫਿਲਮਾਂ 'ਚ ਆਇਆ ਉਹ ਬਲਾਉ ਥੀਏਟਰ ਕਰਦਾ ਸੀ ਉਹਨੂੰ ਫਿਰ ਮੈਂ ਸੱਜਣ ਲੱਗਾ ਮ ਠੀਕ ਹੈ ਠੀਟਰ ਕਰਦੇ ਹੋ ਫਿਰ ਮੇਰੀ ਜਿੰਨੀ ਕੋਸ਼ਿਸ਼ ਹੁੰਦੀ ਵੀ ਜਿਹੜੇ ਪੁਰਾਣੇ ਬਜ਼ੁਰਗ ਕਰਦੇ ਸੀ ਵੀ ਉਹਨਾਂ ਦੇ ਮਨ ਚ ਰਹਿ ਨਾ ਜਾਵੇ ਉਹਨਾਂ ਨੂੰ ਫਿਰ ਲਾਤ ਪਾਈਏ ਜਾਂ ਅੱਗੇ ਲਿਆਈਏ ਤੇ ਉਹਨਾਂ ਦੇ ਐਡੇ ਐਡੇ ਹੱਥ ਉਹਨਾਂ ਦੇ ਆਓ ਔੜੋੜੇ ਪੈਰ ਮੰਨ ਲਾਤਾ 13 ਨੰਬਰ ਆਉਂਦਾ ਪੁਰਾਣੀਆਂ ਖਰਾਕਾਂ ਖਾਦੀਆਂ ਬਿਲਕੁਲ ਐ ਕੱਦ ਤੁਸੀਂ ਦੇਖੋਗੇ ਐਡੇ ਐਡੇ ਮੈਂ ਤਾਂ ਇੰਨੀ ਕ ਸਕਾਂ ਹਾਂ ਬਿਲਕੁਲ ਠੀਕ ਹੈ ਉਹਨਾਂ ਨੇ ਬਹੁਤ ਕਮਾਲ ਕੰਮ ਕੀਤਾ ਬਹੁਤ ਬਹੁਤ ਕਹਿਣਕ ਅੱਛਾ ਪ੍ਰਿੰਸ ਜੀ ਜਿੱਦਾਂ ਆਪਾਂ ਦੇਖਦੇ ਆਂ ਬਾਕੀ ਕਿਸੇ ਵੀ ਲੈਂਗੁਏਜ ਦੀਆਂ ਕਿਸੇ ਫਿਲਮ ਇੰਡਸਟਰੀ ਦੀਆਂ ਫਿਲਮਾਂ ਹੁੰਦੀਆਂ ਅਲੱਗ-ਅਲੱਗ ਲੈਂਗੁਏਜ ਦੇ ਵਿੱਚ ਡੱਬ ਹੁੰਦੀਆਂ ਆ ਜਿੱਦਾਂ ਚੇਤਾ ਸਿੰਘ ਫਿਲਮ ਬਹੁਤ ਹੀ ਸੋਹਣਾ ਕਨਸੈਪਟ ਹੈਗਾ ਆ 1 ਸਤੰਬਰ ਨੂੰ ਰਿਲੀਜ਼ ਹੋ ਜਾਣੀ ਆ ਅਸੀਂ ਸਾਰਿਆਂ ਨੇ ਫਿਲਮ ਵੀ ਦੇਖ ਲੈਣੀ ਆ ਪਹਿਲਾਂ ਵੀ ਆਪਣੀ ਇੰਡਸਟਰੀ 'ਚ ਬਹੁਤ ਸੋਹਣੀਆਂ ਫਿਲਮਾਂ ਆਈਆਂ ਪਰ ਮੈਂ ਤੁਹਾਡੀ ਹੀ ਵਾਰਨਿੰਗ ਫਿਲਮ ਦੀ ਗੱਲ ਕਰੀ ਜਾਂ ਹੋਰ ਕੀ ਤੁਸੀਂ ਸੋਚਦੇ ਹੋ ਕਿ ਆਪਣੀਆਂ ਪੰਜਾਬੀ ਫਿਲਮਾਂ ਵੀ ਹੋਰ ਲੈਂਗੁਏਜ 'ਚ ਹੋਰ ਡੱਬ ਹੋਣੀਆਂ ਚਾਹੀਦੀਆਂ ਕਿ ਨਹੀਂ ਹੋ ਰਹੀਆਂ ਜਿਵੇਂ ਕੈਟ ਆਈ ਸੀ ਵੈਬ ਸੀਰੀਜ਼ ਰੇਕ ਇੱਕ ਮੈਂ ਸੋਨੀ ਲੇਵ ਦੀ ਕੀਤੀ ਆ ਹੁਣ ਵੈਬ ਸੀਰੀਜ਼ ਗਰਾਉਂਡ ਪੰਜਾਬ ਦੀ ਆ ਜੀ ਉਹ ਵੀ ਐਵੇਂ ਹੋ ਰਹੀ ਆ ਤੇ ਮੈਨੂੰ ਕੱਲ ਹੀ ਅਮਰ ਦਾ ਤੇ ਉਹ ਮੁੰਡਾ ਅਸਿਸਟੈਂਟ ਉਹਨਾਂ ਦਾ ਅਸੋਸੀਏਟ ਹਮਮ ਬਲਕਾਣੇ ਦਾ ਮੈਸੇਜ ਆਇਆ ਜੀ ਜੀ ਬਾਜੀ ਆਪਾਂ ਵਾਰਨਿੰਗ ਹਿੰਦੀ ਚ ਡਬ ਕਰਨੀ ਸ਼ੁਰੂ ਕਰਨੀ ਆ ਦੱਸੋ ਹਮ ਹਮ ਹਾਂ ਨਾ ਚੱਲ ਰਹੇ ਆ ਉਧਰ ਨੂੰ ਜਿਵੇਂ ਹੁਣ ਪਤਾ ਨਹੀਂ ਹੁਣ ਕਰਦੇ ਕਿ ਨਹੀਂ ਕਰਦੇ ਜਿਵੇਂ ਸਮਿਤ ਬਾਈ ਵੀ ਮੈਨੂੰ ਕਹਿੰਦੇ ਸੀ ਵੀ ਆਪਾਂ ਇਹਨੂੰ ਹਿੰਦੀ ਚ ਕਰ ਲਈਏ ਤਾਂ ਉਹ ਮੈਂ ਚੱਲਦੇ ਪਏ ਪਲਾਨ ਚੰਗਾ ਲੱਗਦਾ ਪਰ ਵੀ ਡਾਕ ਪ੍ਰੋਪਰ ਹੋ ਜੇ ਜਿਵੇਂ ਹੁਣ ਕਈ ਫਿਲਮਾਂ ਆਪਣੀਆਂ ਆਉਂਦੀਆਂ ਹੁੰਦੀਆਂ ਹਿੰਦੀ ਚ ਉਹ ਹੋਰੀ ਅਜੀਬ ਕਿਹਨਾਂ ਦਾ ਡਬਿੰਗ ਵੀ ਥੋੜੀ ਜੀ ਜਿਵੇਂ ਸਾਡੀ ਨਾ ਜਿਹੜਾ ਚੋਪਾਲ ਦਾ ਬੋਜਪੁਰੀ ਚੋਪਾਲ ਦਾ ਉਹਦੇ ਤੇ ਨਾ ਸਾਡੀ ਜ਼ਿਲ੍ਹਾ ਸੰਗਰੂਰ ਉਹਨਾਂ ਨੇ ਬੋਜਪੁਰੀ ਚ ਡੱਬ ਕੀਤੀ ਹੂੰ ਹੂੰ ਬਹੁਤ ਕਮਾਲ ਡੱਬ ਹੋਈ ਵੀ ਹੂੰ ਉਹ ਲੱਗਦਾ ਨਹੀਂਗਾ ਉਹ ਤੁਹਾਨੂੰ ਲੱਗਣਾ ਨਹੀਂਗਾ ਵੀ ਯਾਰ ਇਹ ਮੇਰੀ ਵਾ ਵੀ ਇਹ ਬੰਦੇ ਦੀ ਆਵਾਜ਼ ਨਹੀਂ ਹੈ ਇੰਨੀ ਪ੍ਰੋਪਰ ਡਬ ਹੋਈ ਹੈ ਨਾ ਫਿਰ ਜਦੋਂ ਆਏ ਡਬਿੰਗ ਹੋ ਕੇ ਆਉਂਦੀ ਜਿਵੇਂ ਆਪਾਂ ਕਹੀਏ ਵੀ ਇੰਗਲਿਸ਼ ਕਿਤਾਬਾਂ ਦਾ ਜਾਂ ਰਸ਼ੀਅਨ ਕਿਤਾਬਾਂ ਦਾ ਹੁੰਦਾ ਜਿਹੜਾ ਅਨਵਾਦ ਆ ਕੋਈ ਬਹੁਤਾ ਵਧੀਆ ਨਹੀਂ ਹੁੰਦਾ ਜਿਹੜਾ ਅਨਵਾਦ ਪਹਿਲਾਂ ਹੁੰਦਾ ਸੀਗਾ ਜਿਵੇਂ ਮੈਕਸੀਮ ਗੋਰਕੀ ਦੀ ਮਾਂ ਪਰ ਕੋਈ ਵੀ ਸਰਗੀ ਸ਼ਾਂਤ ਵੇਲਾ ਆ ਜਿਹੜੀ ਸਾਡੀ ਕਹਿੰਦੀ ਮੇਰਾ ਦਾ ਜਿੰਨੀਆਂ ਵੀ ਕਿਤਾਬਾਂ ਉਹ ਚਲਦੀਆਂ ਸੀ ਆਉਂਦੀਆਂ ਸੀ ਲੋਕ ਪਛਾਵੇ ਹੋਰ ਸਾਰੇ ਹੈ ਨਾ ਤੇ ਉਹ ਬੜਾ ਪ੍ਰੋਪਰ ਹੋਇਆ ਹੁੰਦਾ ਇਸ ਨੂੰ ਐ ਲੱਗਦਾ ਸੀ ਵੀ ਇਹ ਰਸ਼ੀਨ ਨਹੀਂ ਸਾਡੀ ਹੈ ਸਿਰਫ ਨਾ ਰਸ਼ੀਨ ਹੁੰਦੇ ਸੀ ਉਹਨਾਂ ਦੇ ਵੀ ਉਹਨਾਂ ਦਾ ਜੋ ਸਕ੍ਰੀਨ ਪਲੇ ਹੋਰ ਉਹ ਜਿਹੜੀ ਵੀ ਪੰਜ ਪੇਜਾਂ ਚ ਸੱਤ ਪੇਜਾਂ ਚ ਕੱਲਾ ਜੰਗਲ ਇੰਟਰੋਡਿਊਸ ਕਰਨਾ ਹੂੰ ਹੂੰ ਉਦਾਂ ਦੀਆਂ ਜਿਹੜੀਆਂ ਗੱਲਾਂ ਫਿਰ ਜਾਂ ਤਾਂ ਫਿਰ ਡਬ ਨਾ ਫਿਰ ਇੱਕ ਮਾਹੌਲ ਤੇ ਪ੍ਰੋਪਰ ਹੋ ਜਾਵੇ ਪ੍ਰੋਪਰ ਹੋ ਜਾਵੇ ਠੀਕ ਹੈ ਅੱਛਾ ਚੇਤਾ ਸਿੰਘ ਦਾ ਜਿਹੜਾ ਆਪਾਂ ਲੁੱਕ ਦੇਖ ਵੀ ਰਹੇ ਹਾਂ ਪੋਸਟਰ ਦੇ ਵਿੱਚ ਵੀ ਫਿਲਮ ਦੇ ਵਿੱਚ ਅਸੀਂ ਦੇਖਣਾ ਤੁਸੀਂ ਕਿੰਨਾ ਕਿ ਇਸ ਚੀਜ਼ ਨੂੰ ਐਗਰੀ ਕਰਦੇ ਹੋ ਕਿ ਅਸੀਂ ਜਦੋਂ ਕੋਈ ਫਿਲਮ ਅੱਗੇ ਪ੍ਰੈਜ਼ੈਂਟ ਕਰਦੇ ਆ ਉਹਦੇ ਵਿੱਚ ਸਾਨੂੰ ਇਹੋ ਜਿਹਾ ਕਿਰਦਾਰ ਦਿਖਾ ਕੇ ਹੀ ਲੋਕਾਂ ਨੂੰ ਸਹੀ ਰਾਹ ਦਿਖਾਉਣ ਦੀ ਲੋੜ ਆ ਜਾਂ ਜੋ ਕੋ ਸਮਾਜ ਦੇ ਵਿੱਚ ਜਿੱਦਾਂ ਆਪਾਂ ਕਹ ਲਈਏ ਕਿ ਗ੍ਰੇ ਸ਼ੇਡ ਕਿਰਦਾਰ ਜਿਹੜੇ ਹੁੰਦੇ ਆ ਉਹ ਮਤਲਬ ਕਿ ਦਿਖਾ ਕੇ ਕੀ ਤੁਹਾਨੂੰ ਤੁਸੀਂ ਸੋਚਦੇ ਹੋ ਕਿ ਜਿਹੜੀ ਯੂਥ ਆ ਉਹ ਵੀ ਸੋਚੂਗੀ ਕਿ ਕੋਈ ਨਹੀਂ ਮੈਂ ਵੀ ਚੇਤਾ ਸਿੰਘ ਬਣ ਜਾਂਦਾ ਆ ਫਿਰ ਜਾਂ ਨਹੀਂ ਉਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੂ ਹੂੰ ਹੂੰ ਦੇਖੀ ਚੇਤਾ ਸਿੰਘ ਆਪ ਬਣਿਆ ਜਾਂ ਚੇਤਾ ਸਿੰਘ ਨੂੰ ਬਣਾਇਆ ਗਿਆ ਬਣਾਇਆ ਗਿਆ ਹਾਂ ਹਾਂ ਔਰ ਇਹ ਫਿਲਮ ਦਾ ਜਿਹੜਾ ਵਿਸ਼ਾ ਹੈ ਸ਼ਾਇਦ ਤੁਸੀਂ ਜੋ YouTube ਤੇ ਕੱਢੋ ਤਾਂ ਮਿਲ ਜੂਗਾ ਹਮਮ ਇੱਕ ਵਾਰੀ ਇੱਕ ਸਿੰਪਲ ਜੇ ਪਿੰਡ ਦੇ ਵਿੱਚ ਨਾ ਡੁਪਲੀਕੇਟ ਪਲਾਜ਼ਮਾ ਬਣਾਉਂਦੇ ਫੜੇ ਵਿੱਚ ਹਾਂਜੀ ਹਾਂਜੀ ਹੈਨਾ ਤੇ ਆਪਾਂ ਨੂੰ ਹੁਣ ਪਿੱਛੇ ਜੇ ਜਦੋਂ ਕਰੋਨੇ ਤੋਂ ਬਾਅਦ ਪਲਾਜ਼ਮਾ ਲੱਗਣਾ ਸ਼ੁਰੂ ਹੋਇਆ ਉਦੋਂ ਪਤਾ ਲੱਗਿਆ ਵੀ ਯਾਰ ਪਲਾਜ਼ਮਾ ਅੱਛਾ ਉਦੋਂ ਜਿਹੜਾ ਐ ਬੰਦਾ ਪਿਆ ਸੀ ਵੀ ਕੈਸੀ ਗੇਮ ਐ ਵੀ ਉਹ ਕਿਤੇ ਬਾਹਰ ਭੇਜਣਾ ਸੀ ਜਾਂ ਦੂਜੇ ਸ਼ਹਿਰ ਚ ਭੇਜਣਾ ਸੀ ਇੱਕ ਸਿੰਪਲ ਪੇਂਟ ਦੇ ਵਿੱਚ ਆ ਕੇ ਵੀ ਗੇਮ ਚੱਲਦੀ ਵੀ ਸੀ। ਉਹ ਚੀਜ਼ਾਂ ਦਿਖਾਉਣ ਲਈ ਵੀ ਸਾਨੂੰ ਅੱਖਾਂ ਮੀਚ ਕੇ ਉਹਨਾਂ ਮੈਂ ਕਈ ਵਾਰੀ ਦੇਖਿਆ ਵੀ ਟੋਆ ਪੱਟ ਕੇ ਨਾ ਕੋਈ ਤਾਰਾ ਪਾਈ ਜਾਂਦਾ ਜਾਂ ਕੋਈ ਕੁਛ ਕਰਦਾ ਪਿਆ। ਕਿਸੇ ਨੇ ਨਹੀਂ ਪੁੱਛਣਾ ਵੀ ਕੀ ਕਰਦੇ ਪਏ। ਹੂੰ ਜਦੋਂ ਹੋ ਕਰ ਗਿਆ ਫਿਰ ਉੱਥੇ ਆਪਾਂ ਰੌਲਾ ਪਾਉਲਾਂਗੇ ਨਾ ਵੀ ਇਹ ਕਿਉਂ ਆਇਆ ਸਾਨੂੰ ਥੋੜਾ ਜਿਆਦਾ ਧਿਆਨ ਦੇਣਾ ਚਾਹੀਦਾ ਆਪਦੇ ਆਲੇ ਦੁਆਲੇ ਦੇ ਵਿੱਚ ਜਿਵੇਂ ਆਪਾਂ ਕਹਿੰਨੇ ਵੀ ਭਾਈ ਕੂੜਾ ਨਹੀਂ ਖਿਲਰਿਆ ਹੋਣਾ ਚਾਹੀਦਾ ਜੇ ਕਿਤੇ ਕਾਗਜ਼ ਿੱਟਿਆ ਈਲੇ ਦਾ ਚਲਕਾ ਪਿਆ ਜਿਵੇਂ ਆਮਰ ਖਾਨ ਦੀ ਅਕੈਡਮੀ ਆਉਂਦੀ ਹੁੰਦੀ ਸੀ ਵੀ ਭਾਈ ਉਹਨੂੰ ਚਾੱਕ ਕੇ ਸਾਈਡ ਨੂੰ ਕਰ ਦਿਓ ਉਵੇਂ ਸਾਨੂੰ ਸਾਡੇ ਆਲੇ ਦੁਆਲੇ ਜੋ ਵਿਚਰਦਾ ਸਾਡੇ ਆਲੇ ਦੁਆਲੇ ਬਿਲਕੁਲ ਬਿਲਕੁਲ ਸਾਨੂੰ ਆਪਦੇ ਆਲੇ ਦੁਆਲੇ ਧਿਆਨ ਦੇਣਾ ਚਾਹੀਦਾ ਜਿਵੇਂ ਹੁਣ ਅਸੀਂ ਸੋਸਾਇਟੀਆਂ 'ਚ ਰਹਿਣ ਲੱਗ ਗਏ ਕਿੰਨੀਆਂ ਗੱਲਾਂ ਆਉਂਦੀਆਂ ਜੀ ਫਲਾਨੀ ਥਾਂ ਤੋਂ ਫਲਾਨੇ ਫੜੇ ਗਏ ਉਹ ਕਰ ਗਿਆ ਐ ਹੋਈ ਜਾਂਦਾ ਸੀ ਹੁਣ ਉਹ ਕਿਉਂ ਹੈ ਕਿਉਂਕਿ ਅਸੀਂ ਆਪਦੇ ਫਲੈਟਾਂ 'ਚ ਹੀ ਵੜ ਕੇ ਬਹਿ ਗਏ ਨਾਲ ਕੌਣ ਆਇਆ ਕੌਣ ਨਹੀਂ ਪਤਾ ਹੀ ਨਹੀਂ ਹੁੰਦਾ ਹਾਂ ਪਤਾ ਨਹੀਂ ਲੱਗਦਾ ਅਸੀਂ ਬਹੁਤ ਜ਼ਿਆਦਾ ਰਿਜ਼ਰਵ ਹੋ ਗਏ ਸਾਨੂੰ ਇੱਕ ਮੋਹ ਪਿਆਰ ਰੱਖਣਾ ਚਾਹੀਦਾ ਆਲੇ ਦੁਆਲੇ ਇੱਕ ਟਾਈਮ ਸੀ ਜਦੋਂ ਤੰਦੂਰ ਇੱਕ ਥਾਂ ਤੇ ਲੱਗਦਾ ਸੀ ਸਾਰਾ ਮੱਲਾ ਰੋਟੀਆਂ ਲਾ ਕੇ ਲੈ ਜਾਂਦਾ ਸੀ ਹੂੰ ਵੀ ਉਹ ਸਾਨੂੰ ਆਪਸ ਵਿੱਚ ਮਿਲ ਵਰਤਨ ਕਰਨਾ ਚਾਹੀਦਾ ਇਹ ਸਿਰਫ ਆਲੇ ਦੁਆਲੇ ਨਿਗ੍ਹਾ ਮਰ ਹੋਣ ਨੂੰ ਔਰ ਜਿਹੜਾ ਮੈਨੂੰ ਇਹ ਲੱਗਦਾ ਹੁੰਦਾ ਵੀ ਸਿਨੇਮਾ ਮਨੋਰੰਜਨ ਵੀ ਆ ਤੇ ਸਿਨੇਮਾ ਸ਼ੀਸ਼ਾ ਵੀ ਆ ਜਿਹੜਾ ਤੁਹਾਨੂੰ ਜਿਹੜੀ ਸਹੀ ਤੁਹਾਡਾ ਜੋ ਚੱਲਿਆ ਆਲਾ ਦਵਾਲਾ ਜੋ ਹੋ ਰਿਹਾ ਉਹ ਜੋ ਵਰਤਾਂਤ ਹੁੰਦਾ ਪਿਆ ਉਹਨੂੰ ਇਹ ਸਿਨੇਮੇ ਦੇ ਰਾਈ ਕਰ ਲੈਣੇ ਆ ਹੁਣ ਵੀ ਜਿਵੇਂ ਅਸੀਂ ਆਰਟਿਸਟ ਐ ਜੋਵੇਂ ਕਰਕੇ ਹਰ ਬੰਦੇ ਦਾ ਯਾਰ ਦਾ ਸਾਥ ਆਵਾ ਵੀ ਆਪਾਂ ਆਮ ਲਾਈਫ ਦੇ ਵਿੱਚ ਹਥਿਆਰ ਚੱਕ ਕੇ ਨਹੀਂ ਚੱਲ ਸਕਦੇ ਜਾਂ ਉਹਵੇਂ ਨਹੀਂ ਕਰ ਸਕਦੇ ਹਨ ਤੇ ਜਦੋਂ ਕਿਤੇ ਫਿਲਮਾਂ ਦੇ ਵਿੱਚ ਆਪਾਂ ਦਿਖਾਉਨੇ ਆ ਤਾਂ ਉੱਥੇ ਕਿਰਪਾਨਾਂ ਵੀ ਵਰਤਦੇ ਆਂ ਫਿਲਮਾਂ ਵਰਤਦੇ ਆਂ ਚਾਕੂ ਵੀ ਵਰਤਦੇ ਆਂ ਸਾਰਾ ਕੁਝ ਹੀ ਦਿਖਾਉਨੇ ਜਿਹੜੇ ਨੈਗੇਟਿਵ ਬੰਦੇ ਆ ਉਹ ਹਥਿਆਰ ਵੀ ਲਈ ਫਿਰਦੇ ਅਸਲ 'ਚ ਉਹ ਆਪਾਂ ਇਹੀ ਦਿਖਾਉਣਾ ਹੁੰਦਾ ਵੀ ਆਹ ਕੁਝ ਹੁੰਦਾ ਪਿਆ ਅਸੀਂ ਕਿਵੇਂ ਇਹਨੂੰ ਹੱਲ ਪਾ ਸਕਦੇ ਆ ਕਿਵੇਂ ਕਰ ਸਕਦੇ ਆ ਉਹਦਾ ਅਸੀਂ ਧਿਆਨ ਦੇਈਏ ਵੈਸੇ ਤੁਹਾਨੂੰ ਅ ਅਸਲੀਅਤ ਦੇ ਵਿੱਚ ਕਿੰਨਾ ਕੁ ਗੁੱਸਾ ਆਉਂਦਾ ਛੇਤੀ ਆ ਜਾਂਦਾ ਨਿੱਕੀ ਨਿੱਕੀ ਗੱਲ ਤੋਂ ਮੈਨੂੰ ਗੁੱਸਾ ਆਉਂਦਾ ਜਦੋਂ ਕੁਛ ਰੋਂਗ ਹੁੰਦਾ ਅਸੀਂ ਥੋੜੇ ਦਿਨ ਹੋ ਗਏ ਜਾਈ ਜਾਈਏ ਗੱਡੀ ਤੇ ਤੇ ਖੜੜ ਦੇ ਨਾ ਪੁੱਲ ਦੇ ਹੇਠੋਂ ਦੀ ਨਿਕਲਦੇ ਜੀ ਜੀ ਇੱਕ ਨਾ ਕੈਂਟਰ ਨੰਗਾ ਇੱਧਰ ਬਾਰਦੀ ਜਮਾ ਹੋਵੇ ਸੀ ਤੇ ਉਹਦੇ ਉੱਤੇ ਰੋਡ ਰੋਲਰ ਖੜਾਇਆ ਹੋਇਆ ਸੀ ਉਹਨਾਂ ਤੇ ਉਹਨਾਂ ਬਹੁਤ ਸਿੰਪਲ ਜੇ ਰਸਿਆ ਨਾ ਬੰਨਿਆ ਹੋਇਆ ਸੀ ਟਾਈਆਂ ਲਾਈਆਂ ਹੋਈਆਂ ਸੀ ਮੇਰ ਤੋਂ ਨਹੀਂ ਰਿਹਾ ਗਿਆ ਮੈਂ ਇਹਨਾਂ ਨੂੰ ਕਿਹਾ ਗੱਡੀ ਅੱਗੇ ਲਾਈਟ ਆ ਗਈ ਐਨੂੰ ਮੋੜਨਾ ਸੀ ਅਸੀਂ ਇੱਧਰ ਨੂੰ ਹੋਣਾ ਸੀ ਵੀ ਉਹ ਰਾਹ ਜਾ ਆ ਗਿਆ ਮੈਂ ਇਹਨੂੰ ਚੀ ਮਾਰਗਨ ਨੂੰ ਕਿਹਾ ਹਣੀ ਅਰਗਨ ਕਹਾ ਮੈਂ ਕਿਹਾ ਉਤਰੋ ਨਾਲ ਮੈਂ ਨਵਨੀਤ ਨੂੰ ਕਿਹਾ ਜਾ ਨਵਨੀਤ ਦਾ ਕਦ ਕੋ ਬਹੁਤ ਆ ਮੈਂ ਕਿਹਾ ਵੀ ਇਹਨੂੰ ਜਾ ਕੇ ਕਹੋ ਵੀ ਉਹ ਸਾਹਬ ਨੇ ਕਿਹਾ ਬਾਹਰ ਜਾ ਕੇ ਉੱਥੇ ਵੀ ਗੱਡੀ ਬੰਨੀ ਉਂਗਲ ਕਰ ਦੇ ਮੈਂ ਕਿਹਾ ਤੂੰ ਐ ਸ਼ੀਸ਼ੇ ਵੇ ਦੀ ਝਾਕ ਲੈ ਵੀ ਇਹ ਸਾਈਡ ਤੇ ਕਰਕੇ ਉਹ ਕਹਿੰਦਾ ਸੀ ਇੱਥੇ ਜਾਣਾਗਾ ਨਾ ਸਾਈਡ ਤੇ ਕਰਕੇ ਇਹਨੂੰ ਚੰਗੀ ਤਰ੍ਹਾਂ ਬੰਨ ਲਾ ਹੂੰ ਹੂੰ ਬਿਲਕੁਲ ਵੀ ਉਹ ਥੋੜਾ ਜਿਹਾ ਐ ਆਉਂਦਾ ਜਦੋਂ ਮੰਨ ਲਓ ਵੀ ਜਦੋਂ ਕੋਈ ਆਪਾਂ ਸ਼ੂਟ ਕਰਦੇ ਪਏ ਆ ਜਾਂ ਉਹ ਆ ਜਾਂ ਇਹ ਮੇਰੇ ਨਾਲ ਮੇਰੇ ਦੋਸਤ ਵੀ ਜਿੰਨੇ ਰਹਿੰਦੇ ਮੈਨੂੰ ਗੁੱਸਾ ਉਦੋਂ ਆਉਂਦਾ ਜਦੋਂ ਗਲਤੀ ਕਰਦੇ ਵੀ ਨਹੀਂ ਜਦੋਂ ਆਹ ਲਾਈਨ 'ਚ ਵੀ ਮੈਨੂੰ ਹੁੰਦਾ ਵੀ ਸਾਰੀ ਉਮਰ ਆ ਨਿਕਲ ਗਈ ਇੱਧਰ ਲੱਗੇ ਹੋਏ ਵੀ ਆਪਾਂ ਕੋਈ ਵੀ ਰੋਂਗ ਸਟੈਪ ਨਹੀਂ ਪਟਣਾ ਆਪਾਂ ਇੱਧਰ ਹੀ ਚੱਲਣਾ ਹਨਾ ਇਮਾਨਦਾਰੀ ਨਾਲ ਲੱਗੇ ਰੋ ਹਨਾ ਬੱਚਾਂ ਪਿੱਛੇ ਢਿੱਡ ਪਿੱਛੇ ਬੰਦਾ ਬਹੁਤ ਕੁਝ ਕਰਦਾ ਬਿਲਕੁਲ ਬਿਲਕੁਲ ਪਰ ਕਿਸੇ ਦਾ ਨੁਕਸਾਨ ਨਾ ਹੋਵੇ ਹੈਨਾ ਤੁਹਾਨੂੰ 3 ਟਾਈਮ ਦੀ ਰੋਟੀ ਦੇ ਪੈਸੇ ਮਿਲਿਆ ਤੁਸੀਂ ਇੱਕ ਟਾਈਮ ਖਾਣੇ ਆ ਉਹ ਦੋ ਟਾਈਮ ਦੇ ਬਚਾਉਂਦੇ ਪਏ ਉਹ ਕੋਈ ਹੋ ਨਹੀਂ ਹੂੰ ਤੁਸੀਂ ਦੋ ਟਾਈਮ ਦੀ ਰੋਟੀ ਦੇ ਪੈਸੇ ਮਿਲਦੇ ਆ ਤੇ ਤੁਸੀਂ ਹੋਰ ਹੀ ਖਰਚੇ ਪਾ ਕੇ 4 ਟਾਈਮ ਦੇ ਪੈਸੇ ਲਈ ਜਾਨੇ ਉਹ ਗਲਤ ਹੂੰ ਬਿਲਕੁਲ ਸੋ ਇਸ ਗੱਲ ਤੇ ਮੈਨੂੰ ਆ ਜਾਂਦਾ ਹੁਣ ਬਹੁਤ ਕੰਟਰੋਲ ਆ ਪਹਿਲਾਂ ਤਾਂ ਮੈਨੂੰ ਬਹੁਤ ਗੁੱਸਾ ਆਉਂਦਾ ਨਿਕਲਦਾ ਵੀ ਸੀ ਕਿਸੇ ਪਾਸੇ ਬੱਸ ਇਹਨਾਂ ਤਾਂ ਹੀ ਨਿਕਲਦਾ ਹੈ ਇਹ ਸਾਰੇ 베ਲੀ ਮੇਰੇ ਪਤੀ ਪਤੀ 30 30 ਸੰਗ ਪਰਾਨੇ ਉਹ ਯੂਸਟ ਹੋ ਗਏ ਨਹੀਂ ਨਹੀਂ ਉਹਨਾਂ ਨੂੰ ਸ਼ੁਰੂ ਤੋਂ ਹੀ ਪਤਾ ਉਹਨਾਂ ਨੂੰ ਸੱਚਾ ਤਾਂ ਪਤਾ ਲੱਗ ਜਾਂਦਾ ਹੋਣਾ ਕਿ ਹੁਣ ਲੱਗੇ ਨੇ ਖਿਜਣ ਹਾਂ ਨਹੀਂ ਫਿਰ ਉਹ ਕਹਿੰਦੇ ਹਾਂ ਜੀ ਠੀਕ ਆ ਓਕੇ 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 ਅੱਗੇ ਬੋਲਣਾ ਹੀ ਨਹੀਂ ਕੋਈ ਹਾਂ ਅੱਛਾ ਠੀਕ ਆ ਮੈਂ ਨਾ ਤੁਹਾਨੂੰ ਕੁਝ ਕੁ ਵਰਡਸ ਬੋਲਨੇ ਆ ਜਿੱਦਾਂ ਆਪਾਂ ਕਹਿੰਦੇ ਨਾ ਰੈਪਿਡ ਫਾਇਰ ਇਨਸਟੈਂਟ ਤੁਹਾਡੇ ਦਿਮਾਗ ਦੇ ਵਿੱਚ ਉਹ ਵਰਡਸ ਸੁਣ ਕੇ ਕੀ ਹੁੰਦਾ ਤੁਸੀਂ ਉਹ ਬੋਲਣਾ ਸਭ ਤੋਂ ਪਹਿਲਾਂ ਪੰਜਾਬੀ ਸਿਨੇਮਾ ਬਹੁਤ ਗੈਂਟ ਹੈ ਫੇਵਰਿਟ ਫਿਲਮ ਐਨੀ ਲੈਂਗੁਏਜ ਲੌਂਗ ਦਲਸ਼ਕਾਰਾ ਹੂੰ ਫੇਵਰਿਟ ਐਕਟਰ ਇਨ ਪੰਜਾਬੀ ਇੰਡਸਟਰੀ ਕੋਮ ਪ੍ਰੀਸਾ ਹੂੰ ਫੈਮਲੀ ਫੈਮਲੀ ਮਤਲਬ ਵਰਡ ਆ ਫੈਮਲੀ ਫੈਮਲੀ ਹੂੰ ਆਪਦੀ ਫੈਮਲੀ ਸਾਰੇ ਭੈਣ ਭਰਾ ਚਾਚੇ ਤਾਏ ਮਾਮੇ ਸਾਰੇ ਵੈਸੇ ਵੀ ਮੈਂ ਜਦੋਂ ਸ਼ਾਮ ਨੂੰ ਸੌਣਾ ਤਾਂ ਮੈਂ ਵਾਹਿਗੁਰੂ ਜੀ ਮੇਰੇ ਅਰਦਾਸ ਕਰਕੇ ਪੈਂਦਾ ਤੇ ਉਹਦੇ ਚ ਮੇਰਾ ਇਹੀ ਹੁੰਦਾ ਵੀ ਸੌਹਰਾਂ ਦੇ ਨਾਮ ਲੈਣਾ ਆ ਆ ਆ ਮੇਰੇ ਪਰ ਹੱਥ ਰੱਖੀਆਂ ਹੈਂ ਕਰੀ ਦੋ ਗੁਸਤ ਮਿੱਤਰ ਜਿੰਨੇ ਮੇਰੇ ਯਾਰਾਂ ਬੇਲੀਆਂ ਤੇ ਆ ਜਿੰਨੇ ਕੁ ਮੈਂ ਕਰ ਸਕਦਾ ਉੰਨੇ ਕੋ ਬਣਾਈ ਹੋਈ ਅਰਦਾਸ ਠੀਕ ਹੈ ਪੰਜਾਬ ਪੰਜਾਬ ਬਸ ਕੈਂਟ ਬੰਦੀ ਪੈਦਾ ਕਰਦਾ ਹੂੰ ਬਿਲਕੁਲ মিডিਆ মিডিਆ ਆਪਾਂ ਮੰਨ ਸਕਦੇ ਆਂ ਵੀ ਬੈਕਬੋਨ ਹੂੰ ਹਰ ਚੀਜ਼ ਦੀ ਹੂੰ ਹੂੰ ਚਾਹੇ ਤੁਸੀਂ ਕਿਸੇ ਆਪਦੇ ਚਾਹੇ ਮੱਖਣ ਬਟਰ ਬਣਾਉਣੇ ਆ ਉਹਦੀ ਕਰਨੀ ਆ ਹੂੰ ਹੂੰ ਚਾਹੇ ਤੁਸੀਂ ਕੋਈ ਚੀਜ਼ ਚੰਗੀ ਹੈ ਕਿਸੇ ਬੰਦੇ ਨੇ ਚੰਗਾ ਕੰਮ ਕੀਤਾ ਉਹਨੂੰ ਹੌਸਲਾ ਹੁੰਦਾ ਜੇ ਕਿਸੇ ਨੇ ਮਾੜਾ ਕੀਤਾ ਉਹਨੂੰ ਉਹ ਨਿੰਦਦਾ ਵੀ ਹੈ ਤਾਂ ਕਿ ਉਹ ਕੱਲ ਨੂੰ ਉਹਨਾਂ ਚੀਜ਼ਾਂ ਤੇ ਕੰਮ ਕਰੇ ਦੂਜੀ ਵਾਰੀ ਫਿਰ ਜਦੋਂ ਕੰਮ ਕਰਕੇ ਆਉਂਗਾ ਫਿਰ ਉਹਨੂੰ ਹੌਸਲਾਉਂਦੇ ਵੀ ਹੈ ਬੈਕਬੋਨ ਠੀਕ ਹੈ ਕੈਮਰਾ ਕੈਮਰਾ ਤਾਂ ਬਸ ਛੁਟਕੀ ਹੈ ਛੁਟਕੀ ਛੁਟਕੀ ਨਾਲੀ ਆਨ ਆਨ ਆਫ ਔਰ ਛੁਟਕੀ ਐ ਐਸੀ ਹੈ ਵੀ ਤਾਨੂੰ ਚੁਟਕੀ ਦੇ ਵਿੱਚ ਇਹਨੇ ਕੀ ਦਿਖਾ ਦੇਣਾ ਤੁਹਾਨੂੰ ਨਹੀਂ ਬਿਲਕੁਲ ਬਿਲਕੁਲ ਸੈਟੀਸਫੈਕਸ਼ਨ ਸੰਤੁਸ਼ਟੀ ਸੰਤੁਸ਼ਟੀ ਵਾਇਗ ਰੂਹੀ ਮੇਰ ਨਾਲ ਆਈ ਹਮੇਸ਼ਾ ਹੀ ਰਹੇ ਬਸ ਹੈਗੀ ਆ ਵੈਬ ਸੀਰੀਜ਼ ਜਾਂ ਮੂਵੀਜ਼ ਮੂਵੀਜ਼ ਚੇਤਾ ਸਿੰਘ ਮੂਵੀਜ਼ ਓਕੇ 1 ਸਤੰਬਰ ਨੂੰ ਫਿਲਮ ਆ ਰਹੀ ਆ ਆਪਾਂ ਗੱਲਾਂ ਬਾਤਾਂ ਕੀਤੀਆਂ ਹੁਣ ਫਿਲਮ ਜਦੋਂ ਰਿਲੀਜ਼ ਹੋਗੀ ਫਿਰ ਜੇ ਮੌਕਾ ਮਿਲੇ ਆਪਾਂ ਉੱਥੇ ਵੀ ਮਿਲਾਂਗੇ ਤੇ ਲਾਸਟ ਦੇ ਉੱਤੇ ਕੀ ਸੁਨੇਹਾ ਬਸ ਸੁਨੇਹਾ ਇਹੀ ਆ ਵੀ ਸਾਰੀ ਟੀਮ ਨੇ ਮਿਹਨਤ ਕਰਕੇ ਫਿਲਮ ਬਣਾਈ ਹੈ ਪ੍ਰੋਡਿਊਸਰ ਨੇ ਪੈਸੇ ਲਾ ਕੇ ਫਿਲਮ ਬਣਾਈ ਹੈ ਡਾਇਰੈਕਟਰ ਨੇ ਸਾਰਿਆਂ ਨੇ ਮਿਹਨਤ ਕੀਤੀ ਆਰਟਿਸਟਾਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਔਰ ਇੱਕ ਇੱਕ ਜਿਵੇਂ ਆਰਟ ਵਾਲੇ ਹਰੇਕ ਫਿਲਮ ਚ ਹੀ ਕਰਦੇ ਹੁੰਦੇ ਆ ਮੈਂ ਫਿਲਮ ਚ ਕੰਮ ਕੀਤਾ ਲੀਡ ਤੇ ਕੰਮ ਕੀਤਾ ਇਸ ਕਰਕੇ ਮੈਨੂੰ ਥੋੜਾ ਜਿਆਦਾ ਪਤਾ ਹੈ ਵੀ ਕਿੰਨਾ ਕਿੰਨਾ ਨੇ ਕਿਵੇਂ ਕੀਤੀ ਤੁਸੀਂ ਸਾਰਿਆਂ ਨੇ 1 ਸਤੰਬਰ ਨੂੰ ਜਾਣਾ ਦੇਖਣ ਜ਼ਰੂਰ ਸਿਨੇਮਿਆਂ 'ਚ ਜ਼ਰੂਰ ਦੇਖਿਓ ਫਿਲਮ ਕੁਝ ਅਲੱਗ ਰੰਗ ਮਿਲੂਗਾ ਕੁਝ ਹਟਕੇ ਮਿਲੂਗਾ ਜਿਵੇਂ ਇਹਦੇ ਉੱਪਰ ਲਿਖਿਆ ਹੋਇਆ ਵੀ ਜਦੋਂ ਕਚੀਚੀ ਆਉਂਦੀ ਹੈ ਤਾਂ ਜੀ ਕਰਦਾ ਸੂਰਜ ਨੂੰ ਚੱਬ ਕੇ ਸੁੱਟ ਦਿਆਂ ਤੇ ਉਵੇਂ ਹੀ ਇਹਦੇ 'ਚ ਇੱਕ ਲਾਈਨ ਹੈਗੀ ਆ ਵੀ ਕਹਿੰਦਾ ਜਦੋਂ ਅੱਖਾਂ 'ਚੋਂ ਪਾਣੀ ਸੁੱਕ ਜਾਂਦਾ ਨਾ ਤਾਂ ਫਿਰ ਲਹੂ ਉਤਰਦਾ ਇਦਾਂ ਦੇ ਡਾਇਲੌਗ ਬਾਜ਼ੀ ਆ ਤੁਹਾਨੂੰ ਮਜ਼ਾ ਆਊਗਾ ਕਹਾਣੀ ਹੈਗੀ ਆ ਜੁਗਨੂ ਤੋਂ ਭਾਂਬੜ ਬਣ ਤੱਕ ਦੀ 1 ਸਤੰਬਰ ਨੂੰ ਜ਼ਰੂਰ ਦੇਖਣ ਆਇਓ। ਸੋ ਅਸੀਂ ਹੁਣ ਫਿਲਮ ਦੇਖਣ ਜਾਵਾਂਗੇ ਸਾਰੇ ਤੇ ਤੁਸੀਂ ਗੱਲਬਾਤ ਕੀਤੀ ਸਮਾਂ ਦਿੱਤਾ ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ। ਸੋ ਅੱਜ ਦਾ ਪ੍ਰੋਗਰਾਮ ਇੱਥੋਂ ਤੱਕ ਦਾ ਹੀ ਸੀ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਣਾ ਤੇ 1 ਸਤੰਬਰ ਨੂੰ ਆਪਣੇ ਨੀਲੇ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਦੇਖਿਓ ਚੇਤਾ ਸਿੰਘ ਕਿਉਂਕਿ ਅਸੀਂ ਇਹੋ ਜੇ ਕਨਸੈਪਟ ਭਾਲਦੇ ਆ ਪੰਜਾਬੀ ਇੰਡਸਟਰੀ ਦੇ ਵਿੱਚ ਜੇ ਆਉਂਦੇ ਆ ਤੇ ਸਾਨੂੰ ਸਾਰਿਆਂ ਨੂੰ ਸਪੋਰਟ ਵੀ ਕਰਨੀ ਚਾਹੀਦੀ ਦੇਖਣਾ ਵੀ ਚਾਹੀਦਾ। ਤੁਸੀਂ ਤੇ ਇਧਰੋਂ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਮੈਨੂੰ ਨੀਲਮ ਕੂਰ ਨੂੰ ਇਜਾਜ਼ਤ ਟੇਕ ਕੇਅਰ ਬਾਏ ਸਚੀ